हलका खेमकरण दे पिंड दसूवाल विच एक गरीब परिवार दी औरत कैंसर दी बीमारी नाल जूझ रही है। इलाज महंगा होने करके इस औरत दा इलाज नहीं हो सकया। बहुत सारे अस्पतालां विच इलाज कराउण दी कोशिश कर चुके ने। दस्या जा रहा है कि 3000 दा कैंसर दा एक टीका है जो कि इस औरत नूं लगदा है। घर दे हालातां नूं देखदे होए इलाज कराउणा बहुत ही महंगा होया है। ਹੁਣ ਇਹਨਾਂ ਨੇ ਮੀਡੀਆ ਦਾ ਸਹਾਰਾ ਲੈਂਦੇ ਹੋਏ ਸਰਕਾਰ ਅਤੇ ਦਾਨੀ ਸੱਜਣਾ ਤੋਂ ਇਲਾਜ ਕਰਾਉਣ ਦੀ ਮੰਗ ਕੀਤੀ ਹੈ। ਅਸੀਂ ਵੀ ਕੰਮ ਦੇ ਦਿਹਾੜੀ ਦੱਪੇ ਵਾਲੇ ਹਾਂ ਜੀ। ਤੇ ਕੀ ਪ੍ਰੋਬਲਮ ਆ ਰਹੀ ਹੈ? ਪ੍ਰੋਬਲਮ ਕਰਦੇ ਬਹੁਤ ਠੀਕ ਨਹੀਂ ਗੇ, ਬਹੁਤ ਢਿੱਲੇ ਆ ਤੇ ਦਵਾਈ ਦਰਮਲ ਨਹੀਂ ਦਿੱਤਾ ਜਾਂਦਾ। ਤੇ ਹੁਣ ਕੀ ਸਮੱਸਿਆ ਤੁਹਾਨੂੰ ਆ ਰਹੀ ਹੈ? ਸਾਨੂੰ ਸਮੱਸਿਆ ਇਹੋ ਵੀ ਖਰਚਾ ਨਹੀਂ ਹੈਗਾ ਜੀ। ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ। ਓਹਨਾ ਆਖਿਆ ਵੀ 1.5 ਲੱਖ ਦਾ ਇਲਾਜ ਓਹਨਾ ਕਰਨਾ ਸੀ ਤੇ ਬਾਕੀ ਸਾਨੂੰ ਖਰਚਾ ਬਹੁਤ ਆਉਂਦਾ ਹੈ ਵੀ ਕਿਰਾਇਆ ਭਾੜਾ ਵੀ ਤੇ ਸਾਨੂੰ ਹੁਣ 1800 ਤੇ 1700 ਦਹਾਂ ਦੀ ਸੀਸੀ ਇੱਕ ਏਡੀ ਕੁ ਦਿੱਤੀ ਆ ਤੇ 3000 ਦੇ ਟੀਕੇ ਲਾਏ ਆ ਤੇ ਖਰਚਾ ਬਹੁਤ ਆ। ਤੇ ਕੀ ਕਾਰੋਬਾਰ ਤੁਸੀਂ ਕਰਦੇ ਜੀ? ਕਾਰੋਬਾਰ ਦਿਹਾੜੀ ਦਾ ਆਪਾਂ ਕਰਦੇ ਹਾਂ। ਤੇ ਇਸ ਤਰ੍ਹਾਂ ਜਿਹੜਾ ਹੁਣ ਖਰਚਾ ਇੰਨਾ ਤੁਹਾਡੇ ਵਾਸਤੇ ਬਹੁਤ ਮੁਸ਼ਕਿਲ ਹੈ ਫਿਰ? ਮੁਸ਼ਕਿਲ ਵਧ ਹੀ ਜ਼ਿਆਦੀ ਕਿ ਵਧ ਹੀ ਜ਼ਿਆਦਾ ਮੁਸ਼ਕਿਲ ਆ। ਕਿੰਨੇ ਸਮੇਂ ਜਿਹੜਾ ਤੁਹਾਨੂੰ ਜਿਹੜਾ ਪ੍ਰੋਬਲਮ ਹੈ ਚੱਲ ਰਹੀ ਹੈ? ਸਰ ਵਾਹਵਾ ਚੇਰੀ ਹੋ ਗਿਆ ਇਹਦੇ, ਹੁਣ ਸਾਡੇ ਤੋਂ ਇਲਾਜ ਹੀ ਨਹੀਂ ਹੋਇਆ। ਸਾਡੇ ਤੋਂ ਇਲਾਜ ਹੀ ਨਹੀਂ ਹੋਇਆ ਤੇ ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ। ਉਹਦੇ ਇਲਾਜ ਨਹੀਂ ਹੈਗਾ ਤੇ ਜਦੋਂ ਪੈਸੇ ਨਹੀਂ ਹੈਗਾ ਤੇ ਇਲਾਜ ਉੱਥੇ ਕਾਹਦਾ ਹੋਣਾ? ਕੀ ਸਰਕਾਰ ਦੇ ਕੋਲ ਤੁਸੀਂ ਮੰਗ ਕਰਦੇ? ਸਰਕਾਰ ਤੋਂ ਹੁਣ ਅਸੀਂ ਇਹੋ ਆਨੇ ਆ ਵੀ ਸਾਨੂੰ ਕੋਈ ਖਰਚਾ ਵਰਚਾ ਦਿੰਦੇ ਤਾਂ ਇਲਾਜ ਕਰਾਈਏ। ਰਣਜੀਤ ਕੌਰ ਕੀ ਕਹਿਣਾ ਚਾਹੁੰਦੇ? ਵੀਰ ਜੀ ਅਸੀਂ ਬਹੁਤ ਗਰੀਬ ਹਾਂ ਵੀਰ ਜੀ, ਮੰਮੀ ਨੂੰ ਠੀਕ ਨਹੀਂ ਰਹਿੰਦੇ ਆ ਜੀ, ਕੰਮ ਕਾਰ ਕੋਈ ਨਹੀਂ ਚੱਲਦਾ ਹੈ, ਡੈਡੀ ਵੀ ਬਜ਼ੁਰਗ ਆ, ਕਰਨ ਵਾਲਾ ਨਾਲ ਕੋਈ ਨਹੀਂ ਹੈਗਾ ਹੈ, ਛੋਟਾ ਜਿਹਾ ਭਰਾ ਹੈ ਜੀ। ਅਸੀਂ ਇਹੀ ਕਹਿੰਦੇ ਹਾਂ ਕਿ ਜੀ ਸਾਡੀ ਮੰਮੀ ਦਾ ਇਲਾਜ ਹੋ ਜਾਵੇ ਜੀ, ਇਲਾਜ ਬਹੁਤ ਮਹਿੰਗਾ ਹੈਗਾ ਹੈ ਜੀ। ਇਹਨਾਂ ਨੂੰ ਕੈਂਸਰ ਆ ਜੀ, 1.5 ਸਾਲ ਹੋ ਗਿਆ ਜੀ। ਇਹੀ ਆ ਕਿ ਇਹਨਾਂ ਦਾ ਇਲਾਜ ਹੋ ਜਾਵੇ ਜੀ, ਕੰਮ ਵੀ ਨਹੀਂ, ਕੰਮ ਕਾਰ ਵੀ ਕੋਈ ਨਹੀਂ ਚੱਲਦਾ ਹੈਗਾ ਜੀ, ਡੈਡੀ ਦਾ ਡੈਡੀ ਤੋਂ ਵੀ ਨਹੀਂ ਕੰਮ ਹੁੰਦਾ ਹੈ। ਡੈਡੀ ਤੁਹਾਡੇ ਕੀ ਕੰਮ ਕਰਦੇ ਜੀ? ਉਹ ਮਿੱਟੀ ਦੇ ਭਾਂਡੇ ਜਾਂ ਲੀਲ ਵੇਚਦੇ ਆ ਜੀ, ਉਹ ਵੀ ਨਹੀਂ ਵਿਕਦਾ ਹੈਗਾ ਹੈ। ਤੇ ਕਿੰਨੇ ਸਮੇਂ ਜਿਹੜਾ ਇਹ ਸਮੱਸਿਆ ਸਾਹਮਣਾ ਕਰਨਾ ਪੈ ਰਿਹਾ ਜੀ? ਬਹੁਤ ਚਿਰਾਂ ਤੋਂ। ਤੇ ਖਰਚਾ ਕਿੰਨਾ ਜਿਹਾ ਲੀਟਰ ਰੱਖਿਆ ਹੋਇਆ ਜੀ? ਕਾਫੀ ਹੋ ਗਿਆ ਜੀ। ਹੁਣ ਕਿੰਨਾ ਲੀਟਰ ਕਹਿ ਰਹੇ ਨੇ ਖਰਚਾ ਕਿੰਨਾ ਲੱਗ ਰਿਹਾ ਜੀ? ਕਾਫੀ ਜ਼ਿਆਦਾ ਲੱਗ ਰਿਹਾ, ਪਰ ਸਾਡੇ ਕੋਲ ਕੁਝ ਨਹੀਂ ਹੈਗਾ, ਅੱਗੇ 5 ਮਹੀਨੇ ਹੋ ਗਿਆ ਜੀ, ਅਸੀਂ ਦਵਾਈ ਨਹੀਂ ਲੈਣ ਗਏ ਹੈਗੇ ਆ, ਖਰਚਾ ਨਹੀਂ ਹੈਗਾ। ਹੁਣ ਦਵਾਈ ਦਾ ਕਿਸ ਤਰ੍ਹਾਂ ਚੱਲ ਰਿਹਾ ਘਰੇ? ਦਵਾਈ ਦਾ ਹੁਣ ਕੋਈ ਨਹੀਂ ਚੱਲਦਾ, ਸਾਥੋਂ ਗਰੀਬ ਹੈਗੇ ਆ। ਤੇ ਕਾਰੋਬਾਰ ਦਾ ਕਿਵੇਂ ਕਰਦੇ? ਬਾਰ ਕੋਈ ਨਹੀਂ, ਸਾਈਕਲ ਤੇ ਜਾਂਦੇ ਨੇ ਨੀਲ ਭਾਂਡੇ ਵਿੱਚ, ਕੋਈ ਨਹੀਂ ਕਾਰੋਬਾਰ, ਬੱਚਾ ਤੋਂ ਵੀ ਨਿਕਲ ਗਿਆ। ਪਰਿਵਾਰ ਤੁਹਾਡੇ ਮੈਂਬਰ ਕੌਣ ਕੌਣ ਨੇ? ਮੈਂਬਰ ਗੁੱਡੀ ਚੜੀ ਆਈ ਸੀ, ਜਿਹੜੀ ਆਈ ਸੀ ਇਹ ਮੈਂਬਰ ਮਿਲਵਾ। ਤੇ ਇਲਾਜ ਵਾਸਤੇ ਕਿਹੜੇ ਹਸਪਤਾਲ ਤੁਸੀਂ ਗਏ ਸੀਗੇ? ਗਰੀਬ ਬੰਦੇ ਆ। ਤਰਨ ਤਾਰਨ ਤੋਂ ਸਰਬਜੀਤ ਸਿੰਘ ਦੀ ਰਿਪੋਰਟ, ਲਾਈਵ ਭਾਰਤ।